ਅਸਲਾਮ ਵਾਲੇਕਮ ਵੀਵਰਸ ਮੈਂ ਵਾਜਦ ਅਲੀ ਹੁਸੈਨੀ ਤੇ ਤੁਸੀਂ ਵੇਖਦੇ ਪੇ ਮੇਰਾ YouTube ਚੈਨਲ ਸੂਫੀ ਮੁੰਡਾ ਤੇ ਜਨਾਬ ਦਰੂਜ਼ਾਨਾ ਦੀ ਤਰ੍ਹਾਂ ਸਫਰ ਸਟਾਰਟ ਹੋ ਗਿਆ ਪਿੰਡ ਤੋਂ ਸ਼ਹਿਰ ਦੀ ਤਰਫ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਡੇਲੀ ਪਿੰਡ ਤੋਂ ਸ਼ਹਿਰ ਆਪਣੇ ਕੰਮ ਤੇ ਜਾਣਾ ਹੁੰਨਾ ਇਹ ਵੇਖੋ ਤੁਹਾਨੂੰ ਰਸਤੇ ਦੇ ਵਿੱਚ ਨਜ਼ਾਰੇ ਵਿਖਾਵਾਂ ਪਿੰਡਾਂ ਦੇ ਬੱਚੇ ਕਿਵੇਂ ਸਕੂਲ ਜਾਂਦੇ ਨੇ ਇਸ ਤਰ੍ਹਾਂ ਹੀ ਆਪਣਾ ਬਚਪਨ ਯਾਦ ਆ ਰਿਹਾ ਕਿ ਅਸੀਂ ਵੀ ਇਸ ਤਰ੍ਹਾਂ ਹੀ ਬਸਤੇ ਪਾ ਕੇ ਤੇ ਪੈਦਲ ਸਕੂਲ ਜਾਂਦੇ ਰਹੇ ਆ ਸਾਈਕਲਾਂ ਤੇ ਜਿਸ ਤਰ੍ਹਾਂ ਬੱਚੇ ਜਾ ਰਹੇ ਨੇ ਮਦਰਸੇ ਦੇ ਬੱਚੇ ਨੇ ਤੇ ਇਸ ਤਰ੍ਹਾਂ ਹੀ ਸਾਡੇ ਕੋਲ ਇੱਕ ਸਾਈਕਲ ਹੁੰਦੀ ਸੀ ਤੇ ਦੋ ਤਿੰਨ ਦੋਸ ਸਸੀਂ ਇੱਕ ਨੂੰ ਅੱਗੇ ਬਿਠਾਉਣਾ ਡੰਡੇ ਤੇ ਤੇ ਇੱਕ ਨੂੰ ਪਿੱਛੇ ਬਿਠਾਉਣਾ ਸਟੈਂਡ ਤੇ ਤੇ ਇੱਕ ਜਣ ਨੇ ਸਾਈਕਲ ਚਲਾਣੀ ਆ ਕਈ ਦਫਾ ਇਹ ਸਵਾਲ ਹੁੰਦਾ ਸੀ ਕਿ ਦੋ ਜਣੇ ਪਿੱਛੇ ਬੈਠਦੇ ਸੀ ਇੱਕ ਅੱਗੇ ਬੈਠਦਾ ਤੇ ਇੱਕ ਸਾਈਕਲ ਚਲਾਉਂਦਾ ਸੀ ਇਹ ਤਿੰਨ ਤਿੰਨ ਚਾਰ ਚਾਰ ਦੋਸਤ ਇਕੱਠੇ ਹੋ ਕੇ ਸਕੂਲ ਜਾਂਦੇ ਸਾਂ ਤੇ ਜਦੋਂ ਕਿਤੇ ਪੈਦਲ ਜਾਣਾ ਫਿਰ ਜੌਂਡ ਬਣ ਕੇ ਜਾਣਾ ਕਾਫੀ ਲੜਕੇ ਤੇ ਬੜਾ ਮਜ਼ਾ ਆਂਦਾ ਸੀ ਹਰ ਚੀਜ਼ ਉਸੇ ਤਰ੍ਹਾਂ ਮੇਰੀ ਨਜ਼ਰ ਚੋਂ ਦੀ ਗੁਜ਼ਰਦੀ ਪਈ ਹੈ ਮੈਂ ਤੁਹਾਨੂੰ ਆਪਣੇ ਈਵਰਸ ਨੂੰ ਵਿਖਾਵਾ ਕਿ ਇਹ ਵੀ ਜਿਹੜੇ ਬਾਰਡਰ ਦੇ ਲੋਕ ਨੇ ਪਾਕਿਸਤਾਨ ਇੰਡੀਆ ਬਾਰਡਰ ਜਿਹੜਾ ਹੈ ਸਾਡਾ ਇੱਥੋਂ ਦੇ ਜਿਹੜੇ ਬੱਚੇ ਨੇ ਅਜੇ ਵੀ ਉਹੀ ਪੁਰਾਣਾ ਦੌਰ ਚੱਲ ਰਿਹਾ तकरीबन ਸਾਈਕਲਾਂ ਤੇ ਬੱਚੇ ਕਿਉਂਕਿ ਸ਼ਹਿਰਾਂ ਦੇ ਬੱਚੇ ਤੇ ਰਿਕਸ਼ੇ ਵਗੈਰਾ ਲੱਗੇ ਹੋਏ ਨੇ ਜਾਂ ਲੋਡਰ ਗੱਡੀਆਂ ਲੱਗੀਆਂ ਹੋਈਆਂ ਨੇ ਦੂਸਰੀਆਂ ਕੈਰੀ ਡੱਬੇ ਵਗੈਰਾ ਜਾਂ ਕੋਸਟਰ ਵਗੈਰਾ ਉਹਨਾਂ ਤੇ ਬੱਚੇ ਚਲਾ ਜਾਂਦੇ ਨੇ ਲੇਕਿਨ ਪਿੰਡਾਂ ਦੇ ਵਿੱਚ ਅਜੇ ਵੀ ਸੇਮ ਉਹੀ ਸਿਚੁਏਸ਼ਨ ਹੈ ਪੁਰਾਣੀ ਪੁਰਾਣਾ ਦੋਰ ਹੈ ਬਾਰਡਰ ਦੇ ਜਿਹੜੇ ਲੋਕ ਨੇ ਕੱਚੇ ਘਰ ਨੇ ਆ ਵੇਖੋ ਜੰਗਲ ਦਾ ਮਾਹੌਲ ਹੈ ਰੋਡ ਬਣਿਆ ਆ ਛੋਟਾ ਜਿਹਾ ਬਿਲਕੁਲ ਐਨਾਂ ਚੜਾਈ ਦੇ ਵਿੱਚ ਨੇ ਇਹ ਇੱਕ ਬਾਬਾ ਜਾ ਰਿਹਾ ਹੈ ਰੇੜੀ ਤੇ ਆਪਣੀ ਸਬਜ਼ੀ ਵੇਚਣ ਵਾਸਤੇ ਮੰਡੀ ਨੂੰ ਲੈ ਕੇ ਆਇਆ ਤੇ ਬੜਾ ਪਿਆਰਾ ਦੋਰ ਹੈ ਜੇ ਵੀ ਨਾ ਮੈਂ ਰੋਜ਼ਾਨਾ ਜਾਂਦਾ ਤੇ ਯਕੀਨ ਕਰੋ ਐਨਾ ਦਿਲ ਖੁਸ਼ ਹੁੰਦਾ ਨਾ ਵੇਖ ਕੇ ਨਜ਼ਾਰੇ ਕਿ ਲੋਕ ਅਜੇ ਵੀ ਉਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ ਕਿੰਨੀ ਜ਼ਬਰਦਸਤ ਮੈਂ ਵੀ ਕੁ ਲੋਕ ਖੋਤੇ ਰੇੜੀਆਂ ਲੈ ਕੇ ਜਾ ਰਹੇ ਨੇ ਭਾਏ ਇੱਕ ਆਪਣਾ ਖੋਤਾ ਲਟਾ ਰਿਆ ਰੇੜਾ ਆਪਣਾ ਨਾ ਖੋਤੇ ਤੇ ਪੱਠੇ ਲੈਣ ਜਾ ਰਹੇ ਆ ਤੇ ਇਹਨੂੰ ਲਟਾ ਰਿਆ ਕਹਿੰਦੇ ਨੇ ਕਿ ਜਦੋਂ ਖੋਤਾ ਜਿਹੜਾ ਇਸ ਤਰ੍ਹਾਂ ਲੇਟੇ ਤੇ ਉਹਦੀ ਥਕਾਵਟ ਲੈ ਜਾਂਦੀ ਹੈ ਮੈਂ ਇਹਨੂੰ ਪੁੱਛਿਆ ਬਾਬੇ ਨੂੰ ਮੈਂ ਕਿਹਾ ਕਿਸ ਤਰ੍ਹਾਂ ਲੇਟਦਾ ਕਹਿੰਦਾ ਪੁੱਤਰ ਜਦੋਂ ਲੇਟਦਾ ਨਾ ਖੋਤਾ ਤੇ ਇਹਦੇ ਕੋਲ ਭਾਵੇਂ ਸਾਰਾ ਦਿਨ ਕੰਮ ਕਰਾਇਆ ਦਾ ਤੇ ਜਦੋਂ ਇਹ ਲੇਟ ਨਾ ਮਾਰਦੇ ਤੇ ਸਾਰੀ ਥਕਾਵਟ ਲੈ ਜਾਂਦੀ ਹੈ ਐ ਵੇਖੋ ਬੱਚੇ ਕਿਵੇਂ ਛੋਟੀਆਂ ਛੋਟੀਆਂ ਸਾਈਕਲਾਂ ਤੇ ਕੁਝ ਪੈਦਲ ਜਾ ਰਹੇ ਨੇ ਆਪਣੇ ਬਸਤੇ ਪਾਏ ਹੋਏ ਨੇ ਤੇ ਕਿੰਨੀ ਖੁਸ਼ੀ ਖੁਸ਼ੀ ਗੱਪਾ-ਚਪਾ ਲਾਂਦੇ ਜਾਂਦੇ ਨੇ 2-3 ਕਿਲੋਮੀਟਰ ਸਫ਼ਰ ਤੇ ਐਵੇਂ ਤੇ ਇਹ ਕਾਰ ਛੱਡਦੇ ਨੇ 5-10 ਮਿੰਟ 'ਚ ਬਾਅਦ ਵੇ ਫੈਸਾ ਹੁੰਦਾ ਖੋਤੇ ਰੇੜੀਆਂ ਵਾਲੇ ਜਾਂਦੇ ਹੁੰਦੇ ਨੇ ਕੁਝ ਬੱਚਿਆਂ ਨਾਲ ਬੈ ਜਾਂਦੇ ਨੇ ਕੁਝ ਕੋਈ ਮੋਟਰਸਾਈਕਲ ਤੇ ਲਿਫਟ ਲੈ ਲੈਂਦੇ ਨੇ ਜਾਂ ਸਾਈਕਲਾਂ ਤੇ ਤੇ ਟਾਵੇਂ-ਟਾਵੇਂ ਲੋਕਾਂ ਕੋਲ ਸਿਰਫ ਮੋਟਰਸਾਈਕਲਾਂ ਨੇ ਬੱਚਿਆਂ ਕੋਲ ਕਿਉਂਕਿ ਗੁਰਬਤ ਤਾਂ ਤੁਹਾਨੂੰ ਪਤਾ ਹੈ ਮਹਿੰਗਾਈ ਐ ਨਹੀਂ ਜ਼ਿਆਦਾ ਤੇ ਬੜਾ ਪਿਆਰਾ ਮਾਹੌਲ ਹੈ ਵੈਸੇ ਨਾ ਪਿੰਡਾਂ ਦੇ ਲੋਕ ਫੇਰ ਵੀ ਸੈਟੀਸਫਾਈ ਨਹੀਂ ਕਿਉਂਕਿ ਦਾਣਾ ਫੱਕਾ ਉਹਨਾਂ ਦਾ ਘਰ ਦਾ ਹੋ ਜਾਂਦਾ ਜ਼ਮੀਨਾਂ ਥੋੜੀਆਂ-ਥੋੜੀਆਂ ਹੈ ਰੇ ਮੁੰਜੀ ਕਣਕ ਜਿਹੜੀ ਆ ਉਹ ਘਰ ਦੇ ਹੋ ਜਾਂਦੀ ਹੈ ਰੋਟੀ ਛੋਟੀ ਤੇ ਉਹ ਚਾਰ ਚੂਰ ਨਾਲ ਵੀ ਖਾ ਲੈਂਦੇ ਨੇ ਤੇ ਗੁਜ਼ਰ ਬਸਰ ਕਰਦੇ ਨੇ ਰੱਬ ਦਾ ਸ਼ੁਕਰ ਅਦਾ ਕਰਦੇ ਨੇ ਇਸ ਵਾਸਤੇ ਜਿਹੜੀ ਪਿੰਡ ਦੀ ਜ਼ਿੰਦਗੀ ਹੈ ਨਾ ਬੜੀ ਖੂਬਸੂਰਤ ਹੈ ਔਰ ਬੜੇ ਵਧੀਆ ਲੋਕ ਨੇ ਬੜਾ ਮਜ਼ਾ ਆਉਂਦਾ ਪਿੰਡ ਦੀ ਜ਼ਿੰਦਗੀ گزارਣਾ ਵੀਡੀਓ ਕਿਵੇਂ ਦੀ ਲੱਗੀ ਆ ਪਿਆਰਾ ਚ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਥੈਂਕ ਯੂ